ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਹਾਜ਼ਰਾਂ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸ਼ੁਰੂਆਤ ਕਰਦੇ ਹਾਂ ਜੀ ਸ੍ਰੀ ਹਰਮੰਦਰ ਸਾਹਿਬ ਵਿਤੋਂ ਜਿੱਥੇ ਅੱਜ ਸੁੰਦਰ ਜਲੌਸਜਾਏ ਗਏ ਹਨ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਨੂੰ ਸਮਰਪਤ ਅੱਜ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੀ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿਖੇ ਸੁੰਦਰ ਜਲੌਸ ਹੋ ਜਾਏਗਾ ਇਸ ਦੌਰਾਨ ਗੁਰੂ ਘਰ ਦੇ ਤੋਚਾਖਾਨਾ ਵਿੱਚ ਰੱਖੀਆਂ ਜਾਂਦੀਆਂ ਕੀਮਤੀ ਤੇ ਇਤਿਹਾਸਿਕ ਵਸਤੂਆਂ ਸੰਗਤਾਂ ਦੇ ਦਰਸ਼ਨ ਲਈ ਸਨਮੁਖ ਰੱਖੀਆਂ ਗਈਆਂ ਸਾਰੇ ਸਰੋਤੇ ਵੀਰ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਦੇ ਅਫਸਰ ਤੇ ਕਮੈਂਟ ਸੈਕਸ਼ਨ ਵਿੱਚ ਵਾਹਿਗੁਰੂ ਜ਼ਰੂਰ ਲਿਖਣ ਪੰਜਾਬ ਦੇ ਮੋਗਾ ਜ਼ਿਲ੍ਹੇ ਨੂੰ ਮਿਲਿਆ ਵੱਡਾ ਸਰਮਾਨ ਦੇਸ਼ ਦੇ ਪੰਜ ਸਭ ਤੋਂ ਵੱਧ ਉਤਸ਼ਾਹੀ ਜ਼ਿਲ੍ਹਿਆਂ 'ਚੋਂ شمار ਭਾਰਤ ਸਰਕਾਰ ਦੀ ਅਗਵਾਈ 'ਚ ਨੀਤੀ ਕਮਿਸ਼ਨ ਦੇ ਵੱਲੋਂ ਜੁਲਾਈ ਮਹੀਨੇ ਲਈ ਜਾਰੀ ਕੀਤੀ ਗਈ ਐਪਰੀਸ਼ੀਏਸ਼ਨਲ ਡਿਸਟ੍ਰਿਕਟ ਪ੍ਰੋਗਰਾਮ ਦਰਜਾਬੰਦੀ 'ਚ ਜ਼ਿਲ੍ਹਾ ਮੋਗਾ ਨੂੰ ਦੇਸ਼ ਦੇ ਸਭ ਤੋਂ ਵੱਧ ਪੰਜ ਉਤਸ਼ਾਹੀ ਜ਼ਿਲ੍ਹਿਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਇਸ ਦੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੀਤੀ ਕਮਿਸ਼ਨ ਵੱਲੋਂ ਕਰਵਾਏ ਜਾਂਦੇ ਇਸ ਪ੍ਰੋਗਰਾਮ 'ਚ ਮਹੀਨੇਵਾਰ ਆਧਾਰ 'ਤੇ ਦਰਜਾ ਦਿੱਤਾ ਜਾਂਦਾ ਹੈ ਇਸ ਪ੍ਰੋਗਰਾਮ ਨੂੰ ਮਹੀਨੇਵਾਰ ਆਧਾਰ ਤੇ ਹੀ ਦਰਜਾ ਦਿੱਤਾ ਜਾਂਦਾ ਹੈ ਤੇ ਇਹ ਸਾਰੇ ਖੇਤਰਾਂ ਦੀ ਇੱਕ ਸੁਤੰਤਰ ਦਰਜਾਬੰਦੀ ਹੈ ਜੋ ਕਿ ਇਸ ਤੋਂ ਇਲਾਵਾ ਪੂਰੇ ਦੇਸ਼ ਦੀ ਰੈਂਕਿੰਗ ਚ ਸ਼ਾਮਲ ਕੀਤਾ ਜਾਂਦਾ ਹੈ। ਅਗਲੀ ਵੱਡੀ ਖਬਰ ਆ ਰਹੀ ਹੈ ਜੀ। ਰਾਹੁਲ ਗਾਂਧੀ ਦੇ ਸਮਰਥਨ ਚ ਉੱਤਰੀ ਪ੍ਰਯੰਕਾ ਕਿਹਾ ਗੈਰ ਗਾਂਧੀ ਹੀ ਬੰਨਾ ਚਾਹੀਦਾ ਹੈ ਕਾਂਗਰਸ ਦਾ ਪ੍ਰਧਾਨ। ਕਾਂਗਰਸ ਪਾਰਟੀ ਦੀ ਵਾਂਗ ਡੋਰ ਸੰਭਾਲਣ ਲਈ ਇੱਕ ਵਾਰ ਫਿਰ ਪਾਰਟੀ ਚੋਂ ਆਵਾਜ਼ ਉੱਠ ਰਹੀ ਹੈ ਜੀ ਇਸ ਸਭ ਦੇ ਵਿਚਕਾਰ। ਕਾਂਗਰਸ ਦੀ ਜਨਰਲ ਸਕੱਤਰ ਪ੍ਰਯੰਕਾ ਗਾਂਧੀ ਨੇ ਆਪਣੇ ਭਰਾ ਰਾਹੁਲ ਗਾਂਧੀ ਦੇ ਫੈਸਲੇ ਦਾ ਸਮਰਥਨ ਕੀਤਾ ਦਰਅਸਲ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਹੁਣ ਇੱਕ ਗੈਰ ਗਾਂਧੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਉਣਾ ਚਾਹੀਦਾ ਹੈ ਪ੍ਰਯੰਕਾ ਗਾਂਧੀ ਨੇ ਕਿਹਾ ਸ਼ਾਇਦ ਪੱਤਰ ਵਿੱਚ ਨਾ ਹੋਵੇ ਪਰ ਕਿਤੇ ਹੋਰ ਉਹਨਾਂ ਨੇ ਕਿਹਾ ਜੀ ਸਾਡੇ ਵਿੱਚੋਂ ਕਿਸੇ ਨੂੰ ਵੀ ਪਾਰਟੀ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਤੇ ਮੈਂ ਉਸ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹਾਂ ਮੈਨੂੰ ਲੱਗਦਾ ਕਿ ਪਾਰਟੀ ਨੂੰ ਵੀ ਆਪਣਾ ਰਸਤਾ ਲੱਭਣਾ ਚਾਹੀਦਾ ਹੈ कोरोना वायरस अपडेट ਆ ਜੀ ਦੇਸ਼ ਚ 24 ਘੰਟਿਆਂ ਦੌਰਾਨ 64000 ਤੋਂ ਵੱਧ ਨਵੇਂ ਮਾਮਲੇ 1092 ਲੋਕਾਂ ਦੀ ਮੌਤ ਖਬਰ ਦੱਸਣ ਤੋਂ ਪਹਿਲਾਂ ਨਿੱਕੀ ਜੀ ਬੇਨਤੀ ਹੈ ਜੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਦੇਸ਼ ਵਿੱਚ ਅੱਜ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਜੀ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 27 ਲੱਖ ਨੂੰ ਪਾਰ ਕਰ ਗਈ ਹੈ ਜੀ ਪਿਛਲੇ 24 ਘੰਟਿਆਂ ਦੇ ਵਿੱਚ 64531 ਨਵੇਂ ਮਾਮਲੇ ਆਏ ਹਨ ਤੇ 1000 92 ਲੋਕਾਂ ਦੀ ਮੌਤ ਹੋਈ ਹੈ ਸਿਹਤ ਮੰਤਰਾਲੇ ਦੇ ਵੱਲੋਂ ਦਿੱਤੇ ਤਾਜ਼ਾ ਅਪਡੇਟ ਦੇ ਅਨੁਸਾਰ ਦੇਸ਼ ਵਿੱਚ ਕਰੋਨਾ ਮਰੀਜ਼ਾਂ ਦੀ ਗਿਣਤੀ 27,67,274 ਹੋ ਗਈ ਹੈ ਜਿਸ ਦੇ ਵਿੱਚੋਂ 6,76,514 ਕੇਸ ਸਰਗਰਮ ਹਨ ਉਸ ਤੋਂ ਬਾਅਦ ਜੀ ਕਰੋਨਾ ਤੋਂ 52,890 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ਤੇ ਇਸ ਮਹਾਮਾਰੀ ਤੋਂ 20,37,871 ਲੋਕ ਠੀਕ ਵੀ ਹੋਏ ਹਨ ਕੋਰੋਨਾ ਵਾਇਰਸ ਦੇ ਮਾਮਲੇ ਵਿੱਚ ਚੰਗੀ ਖਬਰ ਇਹ ਹੈ ਕਿ ਹੁਣ ਟੈਸਟਾਂ ਦੀ ਗਿਣਤੀ ਨਾਲ ਤੇਜ਼ੀ ਦੇ ਨਾਲ ਵੱਧ ਰਹੀ ਆ ICMR ਦੇ ਅੰਕੜਿਆਂ ਅਨੁਸਾਰ 18 ਅਗਸਤ ਨੂੰ 8 ਲੱਖ 1518 ਲੋਕਾਂ ਦੇ ਟੈਸਟ ਕੀਤੇ ਗਏ ਉਸ ਤੋਂ ਬਾਅਦ ਅਗਲੀ ਖਬਰ ਆ ਜੀ ਡਰਾਈਵਿੰਗ ਲਾਇਸੈਂਸ ਹੁਣ ਪਾਸਪੋਰਟ ਵਾਂਗ ਆਵੇਗਾ ਘਰ ਦਫ਼ਤਰਾਂ ਦੇ ਗੇੜਿਆਂ ਤੋਂ ਮਿਲੇਗਾ ਛੁਟਕਾਰਾ हिमाचल ਵਿੱਚ ਹੁਣ ਪਾਸਪੋਰਟ ਦੀ ਤਰਜ਼ ਤੇ ਡਰਾਈਵਿੰਗ ਲਾਇਸੈਂਸ ਪ੍ਰਾਪਤ ਕੀਤਾ ਜਾ ਸਕਦਾ ਹੈ। ਟ੍ਰਾਂਸਪੋਰਟ ਵਿਭਾਗ ਪੂਰੀ ਪ੍ਰਕਿਰਿਆ ਨੂੰ ਆਨਲਾਈਨ ਕਰ ਰਿਹਾ ਹੈ। ਪਾਇਲਟ ਪ੍ਰੋਜੈਕਟ ਜਲਦ ਹੀ ਸ਼ਿਮਲਾ ਅਤੇ ਕਾਨਗੜ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤੇ ਜਾਣਗੇ। ਸਫਲਤਾ ਮਿਲਣ ਤੋਂ ਬਾਅਦ ਇਸ ਪ੍ਰਣਾਲੀ ਨੂੰ ਪੂਰੇ ਰਾਜ ਦੇ ਵਿੱਚ ਲਾਗੂ ਕੀਤਾ ਜਾਵੇਗਾ। ਇਸ ਦੀ ਪੁਸ਼ਟੀ ਵਿਭਾਗ ਦੇ ਡਾਇਰੈਕਟਰ ਕੈਪਟਨ ਜੇਐਮ ਪਠਾਨੀਆਂ ਨੇ ਕੀਤੀ ਹੈ। कोरोना ਦੇ ਝਟਕਿਆਂ ਤੋਂ ਉੱਭਰਨ ਲੱਗੀ ਪੰਜਾਬ ਦੀ ਬਰਾਮਦਗੀ ਰਿਕਵਰੀ ਵਧੀ ਤੇ ਮਿਲਣ ਲੱਗੇ ਆਰਡਰ করোনা ਮਹਾਮਾਰੀ ਨਾਲ ਲੱਗੇ ਆਰਥਿਕ ਝਟਕਿਆਂ ਤੋਂ ਬਾਅਦ ਅਨਲੌਕ ਤੋਂ ਰੈਡੀमेड ਗਾਰਮੈਂਟ ਦਾ ਬਰਾਮਦਗੀ ਉੱਭਰਨ ਲੱਗਾ ਜੀ April 2020 ਤੋਂ ਲਾਕਡਾਊਨ ਕਾਰਨ ਬਰਾਮਦਗੀ ਦੇ ਵਿੱਚ 90% ਦੀ ਤੋਂ ਜ਼ਿਆਦਾ ਦੀ ਗ੍ਰਾਵਡ ਦਰਜ ਕੀਤੀ ਗਈ ਸੀ ਹੁਣ ਜੁਲਾਈ ਦੇ ਵਿੱਚ ਘਟ ਕੇ 15% ਦੀ ਰਹਿ ਗਿਆ ਤੇ ਇਸ ਦੇ ਨਾਲ ਹੀ ਰੈਡੀਮੈਂਟ ਗਾਰਮੈਂਟਸ ਦਾ ਆਤਮ ਵਿਸ਼ਵਾਸ ਜਿਹੜਾ ਵਧਿਆ ਤੇ ਚੀਨ ਨੂੰ ਦਰ ਕਨਾਰ ਕਰ ਰਹੇ ਨੇ ਰੈਡੀमेड ਦੇ ਖਰੀਦਦਾਰ ਤੇ ਵਿਦੇਸ਼ਾਂ ਤੋਂ ਆ ਰਹੀ ਮੰਗ ਦਾ ਅਸਰ ਅਗਲੇ 2 ਮਹੀਨਿਆਂ ਚ ਬਰਾਮਦਗੀ ਪਿਛਲੇ ਸਾਲ ਦੇ ਇਸ ਮਿਆਦ ਦੇ ਮੁਕਾਬਲੇ ਤੇ ਆ ਜਾਵੇਗਾ ਹਾਲ ਹੀ ਦੇ ਵਿੱਚ ਤਰਕ ਹੈ ਕਿ ਵਿਸ਼ਵ ਬਾਜ਼ਾਰ ਦੇ ਵਿੱਚ ਚੀਨ ਖਿਲਾਫ ਬਣੇ ਮਾਹੌਲ ਦਾ ਵੀ ਫਾਇਦਾ ਉਦਮੀਆਂ ਨੂੰ ਮਿਲ ਰਿਹਾ ਹੈ ਜੇਕਰ ਸਰਕਾਰ ਮਰਾਦਮਗੀ ਨੂੰ ਵਧਾਵਾ ਦੇਣਾ ਤਾਂ ਰਾਹਤ ਤੇ ਸਬਸਿਡੀ ਦੇਵੇ ਤਾਂ ਵਿਸ਼ਵ ਬਾਜ਼ਾਰ 'ਚ ਵੀ ਆਪਣੀ ਫੜ ਆਸਾਨੀ ਨਾਲ ਮਜ਼ਬੂਤ ਕੀਤੀ ਜਾ ਸਕਦੀ ਆ। ਅਕਾਲੀ ਆਗੂ ਨੇ ਭਗਵੰਤ ਮਾਨ ਖਿਲਾਫ ਕੀਤੀ ਪ੍ਰਧਾਨ ਮੰਤਰੀ ਤੇ ਐਸਐਸਪੀ ਨੂੰ ਸ਼ਿਕਾਇਤ ਇਸ ਵੇਲੇ ਦੀ ਵੱਡੀ ਖਬਰ ਆ ਜੀ ਭਗਵੰਤ ਮਾਨ ਯੂਥ ਫੈਨ ਦੇ ਕੇਸ ਫੇਸਬੁੱਕ ਪੇਜ ਤੇ ਸੋਸ਼ਲ ਮੀਡੀਆ ਦੇ ਸੀਨੀਅਰ ਆਗੂ ਦਵਿੰਦਰ ਵੱਲੋਂ ਲਏ ਗਏ ਪੋਸਟਰਾਂ ਦੇ ਨਾਲ ਛੇੜਛਾੜ ਦੇ ਮਾਮਲੇ 'ਚੂ ਤੂਲ ਫੜ ਲਿਆ ਹੈ। ਸੀਨੀਅਰ ਅਕਾਲੀ ਆਗੂ ਦਵਿੰਦਰ ਬਿਹਲਾ ਵੱਲੋਂ ਐਮਪੀ ਭਗਵੰਤ ਮਾਨ ਅਤੇ ਉਹਨਾਂ ਦੇ ਵਰਕਰਾਂ ਖਿਲਾਫ ਪ੍ਰਧਾਨ ਮੰਤਰੀ ਅਤੇ ਐਸਐਸਪੀ ਨੂੰ ਲਿਖਤੀ ਤੌਰ ਤੇ ਸ਼ਿਕਾਇਤ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਜੀ ਮੇਰੇ ਵੱਲੋਂ ਲਗਾਏ ਗਏ ਬੋਰਡ ਤੇ ਹਰ ਪਿੰਡ ਹਰ ਸ਼ਹਿਰ ਦੀ ਪੁਕਾਰ 2022 ਚੂ ਅਕਾਲੀ ਸਰਕਾਰ ਪਰ ਭਗਵੰਤ ਮਾਨ ਯੂਥ ਫੈਨ ਫੇਸਬੁਕ ਪੇਜ ਨੇ ਬੋਰਡ ਦੇ ਨਾਲ ਛੇੜਛਾੜ ਕਰਕੇ ਲਿਖ ਦਿੱਤਾ ਕਦੇ ਨਾ ਆਵੇ ਸ ਅਕਾਲੀ ਦਲ ਦੀ ਸਰਕਾਰ ਇਹ ਇੱਕ ਘਟੀਆ ਰਾਜਨੀਤੀ ਆ ਇਸ ਤਰ੍ਹਾਂ ਦੀ ਗੱਲ ਸ਼ੋਭਾ ਨਹੀਂ ਦਿੰਦੀ ਇਸ ਸਬੰਧੀ ਮੈਂ ਪ੍ਰਧਾਨ ਮੰਤਰੀ ਅਤੇ ਹੋਮ ਮਿਨਿਸਟਰੀ ਤੋਂ ਮੰਗ ਕੀਤੀ ਹੈ ਕਿ ਭਗਵੰਤ ਮਾਨ ਦੀ ਸੰਸਦ ਮੈਂਬਰਸ਼ਿਪ ਰੱਦ ਕਰ ਦਿੱਤੀ ਜਾਵੇ ਤੇ ਇਹਨਾਂ ਨੂੰ ਇਸ ਗੱਲ ਦਾ ਸਬਕ ਸਿਖਾਇਆ ਜਾਵੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕਰੋਨਾ ਪੋਜ਼ਿਟਿਵ ਮੁਲਜ਼ਮ ਦੀ ਪੇਸ਼ੀ ਕਰਕੇ ਫਿਰੋਜ਼ਪੁਰ ਦੇ ਜੱਜ ਸਮੇਤ 8 ਕੋਰਟ ਸਟਾਫ ਮੈਂਬਰ ਹੋਏ ਘਰ ਚੋਂ ਇਕਾਂਤਵਾਸ ਥਾਣਾ ਮਮਦੋਟ ਪੁਲਿਸ ਦੇ ਵੱਲੋਂ 13 ਅਗਸਤ ਨੂੰ ਮੁਲਜ਼ਮ ਕ੍ਰਿਸ਼ਨ ਕੁਮਾਰ ਉਰਫ ਪੱਪੂ ਨੂੰ ਫਿਰੋਜ਼ਪੁਰ ਦੇ ਇੱਕ ਜੁਡੀਸ਼ੀਅਲ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਇਸ ਮੁਲਜ਼ਮ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਉਣ ਦੇ ਚੱਲਦੇ ਸਬੰਧਤ ਜੁਡੀਸ਼ੀਅਲ ਮੈਜਿਸਟਰੇਟ ਦੇ ਸਮੇਤ 8 ਕੋਰਟ ਸਟਾਫ ਮੈਂਬਰਾਂ ਨੂੰ 14 ਦਿਨਾਂ ਵਾਸਤੇ ਘਰ ਦੇ ਵਿੱਚ ਇਕਾਂਤਵਾਸ ਚ ਭੇਜ ਦਿੱਤਾ ਗਿਆ ਹੈ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਮਿਲੇਗਾ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਅਵਾਰਡ ਡੇਰਾਬਸੀ ਹਲਕੇ ਦੇ ਪਿੰਡ ਮੀਰਪੁਰਾ ਦੇ ਹੋਣਹਾਰ ਇੰਟਰਨੈਸ਼ਨਲ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਭਾਰਤ ਸਰਕਾਰ ਵੱਲੋਂ ਧਿਆਨ ਚੰਦ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਇਸ ਸਰਵਉੱਚ ਖੇਡ ਅਵਾਰਡ ਲਈ ਚੁਣੇ ਗਏ 13 ਖਿਡਾਰੀਆਂ ਵਿੱਚੋਂ ਕਬੱਡੀ ਖੇਡ ਵਿੱਚ ਮਨਪ੍ਰੀਤ ਸਿੰਘ ਇੱਕੋ ਇੱਕ ਖਿਡਾਰੀ ਹੈ ਤੇ ਉਹ ਇਹ ਅਵਾਰਡ 29 ਅਗਸਤ ਨੂੰ ਦੇਸ਼ ਦੇ ਰਾਸ਼ਟਰਪਤੀ ਸਰਵ ਉੱਚ ਖੇਡ ਸ਼ਖਸੀਅਤ ਅੰਦਰਮਾਨ ਦਿੱਲੀ ਵਿੱਚ ਮਿਲੇਗਾ ਮਨਪ੍ਰੀਤ ਸਿੰਘ ਪਿਛਲੇ 3 ਸਾਲਾਂ ਤੋਂ ਨੈਸ਼ਨਲ ਕਬੱਡੀ ਪ੍ਰੋ ਲੀਗ ਦੇ ਵਿੱਚ ਗੁਜਰਾਤ ਫੋਰਚੂਨ ਜੈਂਟਸ ਦੇ ਕੋਚ ਹਨ ਜਦਕਿ 2016 ਦੇ ਵਿੱਚ 골ਡ ਮੈਡਲਿਸਟ ਟੀਮ ਪਟਨਾ ਪਾਇਰੇਟਸ ਦੇ ਕਪਤਾਨ ਵੀ ਰਹਿ ਚੁੱਕੇ ਹਨ ਰਾਜ ਭਰ ਚੂ ਡੀਸੀ ਸਬਡਿਵੀਜ਼ਨ ਤਹਿਸੀਲਾ ਤੇ ਸਬ ਤਹਿਸੀਲ ਦਫ਼ਤਰਾਂ ਦੇ ਮੁਲਾਜ਼ਮ ਅੱਜ ਤੋਂ 3 ਦਿਨ ਦੀ ਸਮੂਹਿਕ ਛੁੱਟੀ ਤੇ ਗਏ ਪੰਜਾਬ ਸਟੇਟ ਮਨਿਸਪਰੀਅਲ ਸਰਵਿਸ ਯੂਨੀਅਨ ਵੱਲੋਂ ਮੁਲਾਜ਼ਮ ਹਿੱਤ ਲਈ ਉਲੀਕੇ ਪ੍ਰੋਗਰਾਮ ਦੇ ਤਹਿਤ ਪੰਜਾਬ ਰਾਜ ਡੀਸੀ ਦਫ਼ਤਰ ਕਰਮੀਆਂ ਕਰਮਚਾਰੀ ਯੂਨੀਅਨ ਵੱਲੋਂ ਹਮਾਇਤ ਕਰਨ ਕਰਕੇ ਰਾਜ ਦੇ ਸਮੂਹ ਡੀਸੀ ਦਫ਼ਤਰਾਂ ਸਬ ਡਿਵੀਜ਼ਨ ਮੈਜਿਸਟਰੇਟ ਦਫ਼ਤਰਾਂ ਤਹਿਸੀਲ ਅਤੇ ਸਬ ਤਹਿਸੀਲਾਂ ਦੇ ਮੁਲਾਜ਼ਮਾਂ ਨੇ ਅੱਜ ਤੋਂ 3 ਦਿਨਾਂ 19 ਤੋਂ ਲੈ ਕੇ 21 ਅਗਸਤ ਤੱਕ ਸਮੂਹ ਕਛੁੱਟੀ ਤੇ ਜਾਣ ਲਈ ਦਫ਼ਤਰੀ ਕੰਮ ਕਾਜ ਬਿਲਕੁਲ ਠੱਪ ਹੋ ਗਿਆ ਹੈ ਇਸ ਗੱਲ ਦੀ ਪੁਸ਼ਟੀ ਕਰਦੇ ਹਾਂ ਜਥੇਬੰਦੀ ਦੇ ਸੂਬਾਈ ਪ੍ਰਧਾਨ ਗੁਰਨਾਮ ਸਿੰਘ ਵਿਰਕ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਸਾਂਝੀਆਂ ਮੰਗਾਂ ਜਿਨ੍ਹਾਂ ਚੋਂ ਮੰਗਿਆਈ ਪੱਤੇ ਦੀ ਬਕਾਇਆ ਕਿਸ਼ਤ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਲਾਗੂ ਕਰਨਾ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਪੂਰੇ ਸਕੇਲ ਤੇ ਨਵੀਂ ਭਰਤੀ ਤੇ 200 ਰੁਪਏ ਤਨਖਾਹ ਤੇ ਮੋਬਾਈਲ ਪੱਤਾ ਕਟੌਤੀ ਵਾਪਸ ਲੈਣ ਦੀ ਮੰਗ ਦੇ ਸਮੇਤ ਹੋਰ ਨਾਂ ਮੰਗਾਂ ਤੋਂ ਇਲਾਵਾ ਡੀਸੀ ਦਫ਼ਤਰ ਕਾਮਿਆਂ ਦੇ ਇਆਂ ਵਿੱਤੀ ਅਤੇ ਗੈਰ ਵਿੱਤੀ ਮੰਗਾਂ ਆਦ ਸ਼ਾਮਲ ਹਨ ਸ਼੍ਰੀ ਵਿਰਕਨੇ ਕਿਹਾ ਕਿ ਕਈ ਪ੍ਰਮਾਣਕਿਤੀਆਂ ਮੰਗਾ ਵੀ ਲਾਗੂ ਨਾ ਕਰਨ ਕਰਕੇ ਮੁਲਾਜ਼ਮ ਵਰਗ ਚੋਂ ਸਰਕਾਰ ਪ੍ਰਤੀ ਰੋਸ ਹੈ ਤੇ ਉਹਨਾਂ ਨੇ ਕਿਹਾ ਜੇਕਰ ਇਸ ਸੰਘਰਸ਼ ਵਿੱਚ ਆਗਾਮੀ ਵਿਧਾਨ ਸਭਾ ਦੇ ਸਵਾਲਾਂ ਜਾਂ ਕੋਵਿਡ-19 ਤਹਿਤ ਦਸੀਆਂ ਜਾ ਰਹੀਆਂ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਤਾਂ ਇਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਝੋਲਾ ਛਾਪ ਡਾਕਟਰ ਨੇ ਲਾਇਆ ਗਲਤ ਟੀਕਾ ਉੱਜੜਿਆ ਹੱਸਦਾ ਖੇਡਦਾ ਪਰਿਵਾਰ ਰਾਜਪੁਰਾ ਤੋਂ ਖਬਰ ਆ ਰਹੀ ਹੈ ਜੀ ਇੱਕ ਝੋਲਾ ਛਾਪ ਡਾਕਟਰ ਦੇ ਵੱਲੋਂ ਔਰਤ ਦਾ ਗਲਤ ਇਲਾਜ ਕੀਤਾ ਗਿਆ ਜਿਸ ਦੌਰਾਨ ਔਰਤ ਦੀ ਮੌਤ ਹੋ ਗਈ ਤੇ ਇੱਕ ਹੱਸਦਾ ਖੇਡਦਾ ਪਰਿਵਾਰ ਉਜੜ ਗਿਆ। ਥਾਣਾ ਸਦਰ ਪੁਲਿਸ ਨੇ ਨਿੱਜੀ ਡਾਕਟਰ ਦੀ ਅਨਗੈਲੀ ਨਾਲ ਔਰਤ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰਪੁਲਿਸ ਕੋਲ ਪਿੰਡ ਜਨਸੂਆ ਦੇ ਵਸਨੀਕ ਨਸੀਬ ਸਿੰਘ ਵਾਸੀ ਪਿੰਡ ਜਨਸੂਆ ਦੇ ਬਿਆਨ ਦਰਜ ਕਰਵਾਏ ਗਿਆ ਕਿ ਉਸ ਦੀ ਪਤਨੀ ਸੰਤੋਬਾਈ ਦੇ ਪਿੰਡ ਦੇ ਹੀ ਨਿੱਜੀ ਡਾਇਰੈਕਟਰ ਸੁਭਾਸ਼ ਕੁਮਾਰ ਨੇ ਟੀਕਾ ਲਗਵਾਇਆ ਜਿਸ ਤੋਂ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਅਤੇ ਖੱਬੇ ਵਾਲਾ ਪਾਸਾ ਖੜ ਗਿਆ ਤੇ ਟੀਕਾ ਵੀ ਪੱਕ ਗਿਆ ਫਿਰ ਉਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ ਲੈ ਜਾਇਆ ਗਿਆ ਬਾਅਦ ਚੁ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ ਕੁਝ ਸਮੇਂ ਤੱਕ ਹੋਵੇਗੀ ਮੋਦੀ ਕੈਬਨਿਟ ਦੀ ਐਮ ਮੀਟਿੰਗ ਜੈਪੁਰ ਸਣੇ ਤਿੰਨ ਹਵਾਈ ਅੱਡਿਆਂ ਨੂੰ ਕਿਰਾਏ ਤੇ ਦੇਣ ਦੀ ਤਿਆਰੀ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਸੀਐਮ ਪੀ ਨਰਿੰਦਰ ਮੋਦੀ ਦੇਸ਼ ਦੇ ਹਰ ਇੱਕ ਚੀਜ਼ ਨੂੰ ਕਿਰਾਏ ਤੇ ਪ੍ਰਾਈਵੇਟ ਸੈਕਟਰਾਂ ਵਿੱਚ ਵੰਡ ਰਹੇ ਹਨ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ ਵਿੱਚ ਲਿਖ ਸਕਦੇ ਹੋ ਮੋਦੀ ਕੈਬਨਿਟ ਦੀ ਅੱਜ ਇੱਕ ਬੈਠਕ ਹੋਵੇਗੀ ਜਿਸ ਵਿੱਚ ਵੀਡੀਓ ਕਾਨਫਰੈਂਸਿੰਗ ਰਾਹੀਂ ਹੋਣ ਵਾਲੀ ਮੀਟਿੰਗ ਦੇ ਵਿੱਚ ਕਈ ਅਹਿਮ ਫੈਸਲੇ ਲਏ ਜਾ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਮੋਦੀ ਸਰਕਾਰ ਗੰਨਾ ਉਤਪਾਦਕਾਂ ਨੂੰ ਵੱਡੀ ਰਾਹਤ ਦੇ ਸਕਦੀ ਆ FRP ਚੋਂ 10 ਰੁਪਏ ਵਧਾਇਆ ਜਾ ਸਕਦਾ ਇਸ ਤੋਂ ਇਲਾਵਾ ਜੈਪੁਰ ਗਹਾਟੀ ਤੇ ਤਿਰੂਵੰਤਪੁਰਮ ਹਵਾਈ ਅੱਡੇ ਤੇ PP ਮਾਡਲ ਦੇ ਤੌਰ ਤੇ ਲੀਜ਼ ਤੇ ਦਿੱਤਾ ਜਾ ਸਕਦਾ ਵਿਸ਼ਾ ਖੇਤਰ ਉਹਦਿਆਂ ਦੀ ਆਮ ਯੋਗਤਾ ਕੰਮ ਪ੍ਰਵੇਸ਼ ਟੈਸਟ ਕਰਵਾਉਣ ਲਈ ਭਾਰਤ ਰਾਸ਼ਟਰੀ ਭਰਤੀ ਏਜੰਸੀ ਬਣਾਈ ਜਾ ਸਕਦੀ ਹੈ ਤੇ ਉਸ ਸਮੇਂ ਸਿਵਲ ਕਰਮਚਾਰੀਆਂ ਦੀ ਸਮਰੱਥਾ ਵਧਾਉਣ ਅਤੇ ਸਿਖਲਾਈ ਲਈ ਕਮਿਸ਼ਨ ਕਰਮਜੋਗੀ ਯਾਨੀ ਸੇਵਲ ਸੇਵਾ ਸਮਰੱਥਾ ਨਿਰਮਾਣ ਲਈ ਰਾਸ਼ਟਰੀ ਪ੍ਰੋਗਰਾਮ ਦੀ ਘੋਸ਼ਣਾ ਵੀ ਕੀਤੀ ਜਾ ਸਕਦੀ ਆ ਕਰੋਨਾ ਨਾਲ ਜੂਝ ਰਹੇ ਭਾਰਤ ਲਈ ਇੱਕ ਹੋਰ ਬੁਰੀ ਖਬਰ 5 ਸਾਲਾਂ ਚੋਂ 12% ਦੀ ਵਧਣਗੇ ਕੈਂਸਰ ਦੇ ਮਾਮਲੇ ਕਰੋਨਾ ਵਾਇਰਸ ਨਾਲ ਜੂਝ ਰਹੇ ਦੇਸ਼ ਲਈ ਇੱਕ ਹੋਰ ਬੁਰੀ ਖਬਰ ਆ ਜੀ ਕਰੋਨਾ ਵਾਇਰਸ ਦੇ ਕੈਰ ਦੌਰਾਨ ਹੁਣ ਕੈਂਸਰ ਵੀ ਲੋਕਾਂ ਦੀ ਜਾਣਾਂ ਲੈਣ ਲਈ ਤਿਆਰ ਹੈ ਕਿਉਂਕਿ ਭਾਰਤ ਵਿੱਚ ਆਉਣ ਵਾਲੇ 5 ਦਿਨਾਂ ਵਿੱਚ ਕੈਂਸਰ ਦੇ ਮਾਮਲੇ 12% ਤੱਕ ਵਧ ਜਾਣਗੇ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਅਤੇ ਰਾਸ਼ਟਰੀ ਰੋਗ ਸੂਚਨਾ ਵਿਗਿਆਨ ਅਤੇ ਖੋਜ ਕੇਂਦਰ ਨੇ ਕਿਹਾ ਹੈ ਕਿ ਇਸ ਸਾਲ ਭਾਰਤ ਵਿੱਚ ਕੈਂਸਰ ਦੇ ਮਾਮਲੇ 13.90 ਲੱਖ ਰਹਿਣ ਦੀ ਸੰਭਾਵਨਾ ਜੋ ਕਿ 2025 ਤੱਕ 15.70 ਲੱਖ ਤੇ ਪਹੁੰਚ ਜਾਣਗੇ ਬਿਆਨ ਦੇ ਅਨੁਸਾਰ ਤਮਾਕੂ ਨਾਲ ਹੋਣ ਵਾਲੇ ਕੈਂਸਰ ਦੇ ਮਾਮਲੇ 3.70 ਲੱਖ ਰਹਿਣ ਦੀ ਉਮੀਦ ਹੈ ਜੋ ਕਿ 2020 ਦੇ ਕੈਂਸਰ ਮੁਕਾਬਲਿਆਂ ਦਾ 27.10 ਫੀਸਦੀ ਹੋਵੇਗਾ ਹੁਣ ਨੌਜਵਾਨਾਂ ਚ ਫੈਲ ਰਿਹਾ ਕਰੋਨਾ ਮਹਾਰਾਸ਼ਟਰ ਚ 20 ਸਾਲ ਤੋਂ ਘੱਟ ਉਮਰ ਦੇ 11% ਮਰੀਜ਼ ਮਹਾਰਾਸ਼ਟਰ ਦੇ ਵਿੱਚ ਵਧ ਰਿਹਾ ਕਰੋਨਾ ਵਾਇਰਸ ਦੇ ਲਾਗ ਦੇ ਵਿਚਕਾਰ ਸਿਹਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਰਾਜ ਦੇ ਵਿੱਚ ਕੁੱਲ ਕੇਸਾਂ ਵਿੱਚੋਂ 11% ਮਾਮਲੇ 20 ਸਾਲ ਤੋਂ ਘੱਟ ਉਮਰ ਦੇ ਲੋਕਾਂ ਦੇ ਨਾਲ ਸੰਬੰਧਤ ਹਨ ਤੇ ਕੋਵਿਡ-19 ਤੋਂ ਹੋਣ ਵਾਲੀਆਂ ਮੌਤਾਂ ਵਿੱਚ ਉਹਨਾਂ ਦਾ ਹਿੱਸਾ 0.5% ਹੈ। ਮਹਾਰਾਸ਼ਟਰ ਵਿੱਚ ਕਰੋਨਾ ਵਾਇਰਸ ਦੇ ਮਾਮਲੇ 6 ਲੱਖ ਦੇ ਕਰੀਬ ਹਨ ਤੇ ਜਿਨ੍ਹਾਂ ਦੇ ਵਿੱਚੋਂ 66,000 ਤੋਂ ਵੱਧ 20 ਸਾਲ ਤੱਕ ਦੇ ਉਮਰ ਦੇ ਬੱਚੇ ਅਤੇ ਨੌਜਵਾਨ ਸ਼ਾਮਲ ਹਨ। 9 ਹਫ਼ਤਿਆਂ ਬਾਅਦ ਸਿਖਰ ਤੇ ਪਹੁੰਚੀ ਰਾਸ਼ਟਰੀ ਬੇਰੋਜ਼ਗਾਰੀ ਦਰ ਪਿੰਡੂ ਖੇਤਰ ਨੇ ਵਧਾਈ ਚਿੰਤਾ। 16 ਅਗਸਤ ਨੂੰ ਖਤਮ ਹੋਏ ਹਫਤੇ ਵਿੱਚ ਭਾਰਤ ਵਿੱਚ ਬੇਰੋਜ਼ਗਾਰੀ ਦੀ ਦਰ 9 ਹਫਤਿਆਂ ਦੇ ਸਿਖਰ ਤੇ ਪਹੁੰਚ ਗਈ ਆ ਇੱਕ ਅੰਕੜੇ ਅਰਥਸ਼ਾਸਤਰੀਆਂ ਦੇ ਉਸ ਤਰਕ ਨਾਲ ਮੇਲ ਖਾਂਦੇ ਹਨ ਜਿਸ ਵਿੱਚ ਉਹਨਾਂ ਨੇ ਕਿਹਾ ਜੀ ਬੇਰੋਜ਼ਗਾਰੀ ਚ ਵਿੱਚ ਪਿਛਲੀ ਗਰਾਵਟ ਖੇਤੀਬਾੜੀ ਗਤੀਵਿਧੀਆਂ ਵਿੱਚ ਗਰਾਵਟ ਦੇ ਕਾਰਨ ਸੀ ਤੇ ਇਹ ਗਾਵੜ ਗਰਾਵਟ ਅਸਥਾਈ ਸੀ ਰਾਸ਼ਟਰੀ ਬੇਰੋਜ਼ਗਾਰੀ ਦਰ ਪਿਛਲੇ ਹਫਤੇ 9.1 ਫੀਸਦੀ ਤੇ ਪਹੁੰਚ ਗਈ ਜੋ 9 ਅਗਸਤ ਨੂੰ ਖਤਮ ਹੋਏ ਹਫਤੇ 'ਚ 8.67% ਤੇ ਸੀ ਇਹ ਪਿਛਲੇ 9 ਹਫਤਿਆਂ ਵਿੱਚ ਸਭ ਤੋਂ ਤੇਜ਼ ਅੰਕੜਾ ਹੈ ਤੇ 14 ਜੂਨ ਤੋਂ ਬਾਅਦ ਬੇਰੋਜ਼ਗਾਰੀ ਦੀ ਦਰ ਇੱਕ ਵਾਰ ਫਿਰ ਇਸ ਪੱਧਰ ਨੂੰ ਪਾਰ ਕਰ ਗਈ ਪਿੰਡੂ ਖੇਤਰਾ 'ਚ ਟਿਕੀਆਂ ਹਨ ਨਜ਼ਰਾਂ ਤੇ ਪਿੰਡੂ ਬੇਰੋਜ਼ਗਾਰੀ ਦਰ ਪਿਛਲੇ ਹਫਤੇ 8.86% ਤੇ ਪਹੁੰਚ ਗਈ ਸੀ ਜੋ ਇਸ ਤੋਂ ਪਹਿਲਾਂ 8.77% ਤੇ ਸੀ ਤੇ 14 ਜੂਨ ਨੂੰ ਬੇਰੁਜ਼ਗਾਰੀ ਦੀ 10-11% ਤੇ ਸੀ ਤੇ ਸਭ ਤੋਂ ਘੱਟ ਪਿੰਡੂ ਬੇਰੁਜ਼ਗਾਰੀ ਦਰ 12 ਜੁਲਾਈ ਨੂੰ ਦਰਜ ਕੀਤੀ ਗਈ ਸੀ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧੀਆਂ ਸਾਬਕਾ ਅਫਸਰ ਬਣੇ ਵਾਦਾ ਮੁਆਫਗਵਾ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਕਿਸੇ ਵੇਲੇ ਸੈਣੀ ਦੇ ਖਾਸਮ ਖਾਸ ਰਹੇ ਚੰਡੀਗੜ੍ਹ ਪੁਲਿਸ ਦੇ ਦੋ ਸਾਬਕਾ ਇੰਸਪੈਕਟਰ ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਧੂ ਉਹਨਾਂ ਖਿਲਾਫ ਵਾਧਾ ਮਾਫ ਗਵਾਹ ਬਣ ਗਏ ਹਨ ਦੋਵਾਂ ਸਾਬਕਾ ਪੁਲਿਸ ਅਫਸਰਾਂ ਨੇ ਸੈਮੀ ਖਿਲਾਫ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ ਹਨ ਦੱਸਦੀਏ ਸੁਮੇਦ ਸੈਣੀ ਖਿਲਾਫ ਪੰਜਾਬ ਦੇ ਸਾਬਕਾ ਆਈਏਐਸ ਅਧਿਕਾਰੀ ਦੇ ਬੇਟੇ ਤੇ ਸਿਟਕੋ ਦੇ ਜੂਨੀਅਰ ਇੰਜੀਨੀਅਰ ਬਲਵੰਤ ਸਿੰਘ ਮਲਤਾਨੀ ਨੂੰ 29 ਸਾਲ ਪਹਿਲਾਂ ਅਗਵਾ ਕਰਨ ਮਗਰੋਂ ਭੇਦ ਭਰੀ ਹਾਲਤ ਵਿੱਚ ਲਾਪਤਾ ਕਰਨ ਦਾ ਕੇਸ ਚੱਲ ਰਿਹਾ ਹੈ ਹੁਣ ਕੇਸ ਵਿੱਚ ਮੁਹਾਲੀ ਅਦਾਲਤ ਨੇ ਚੰਡੀਗੜ੍ਹ ਪੁਲਿਸ ਦੇ ਸਾਬਕਾ ਇੰਸਪੈਕਟਰ ਜਗੀਰ ਸਿੰਘ ਤੇ ਕੁਲਦੀਪ ਸਿੰਘ ਸੰਦੂ ਨੂੰ ਵਾਦਾ ਮਾਫ ਗਵਾ ਬਣਾ ਲਿਆ ਤੇ ਇਹਨਾਂ ਦੋਵਾਂ ਨੇ ਮੰਗਲਵਾਰ ਨੂੰ ਮੁਹਾਲੀ ਦੀ ਚੀਫ ਜੁਡੀਸ਼ੀਅਲ ਮੈਜਿਸਟਰੇਟ ਦੀਪਕਾ ਸਿੰਘ ਦੀ ਅਦਾਲਤ ਵਿੱਚ ਬਿਆਨ ਦਰਜ ਕਰਵਾਏ ਸਤੰਬਰ ਵਿੱਚ ਸਕੂਲ ਖੋਲਣ ਤੇ ਵਿਚਾਰ ਕਰ ਰਹੀ ਸਰਕਾਰ ਮਾਪੇ ਕਿੰਨੇ ਤਿਆਰ ਜਦੋਂ ਤੋਂ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਦੇਸ਼ ਵਿੱਚ ਤਾਲਾਬੰਦੀ ਲਾਗੂ ਹੋਈ ਆ ਉਦੋਂ ਤੋਂ ਹੀ ਜ਼ਿੰਦਗੀ ਰੁਕ ਗਈ ਹੈ ਆਵਾਜਾਈ ਦੇ ਪਹੀਏ ਰੁਕ ਗਏ ਹਨ ਉਦਯੋਗ ਅਤੇ ਕਾਰੋਬਾਰਾਂ ਤੇ ਬ੍ਰੇਕਾਂ ਲੱਗੀਆਂ ਹਨ ਸਕੂਲ ਅਤੇ ਕਾਲਜ ਅਤੇ ਹੋਰ ਵਿਦਿਅਕ ਸੰਸਥਾਵਾਂ ਬੰਦ ਹੋ ਗਈਆਂ ਹਨ ਹੁਣ ਹੌਲੀ-ਹੌਲੀ ਮੁੜ ਜ਼ਿੰਦਗੀ ਲਈਆਂ ਤੇ ਆਉਣ ਦੀ ਕੋਸ਼ਿਸ਼ ਕਰ ਰਹੀ ਆ ਤੇ ਸਰਕਾਰ ਸਤੰਬਰ ਤੋਂ ਸਕੂਲ ਖੋਲਣ ਤੇ ਆਗਿਆ ਦੇਣ ਤੇ ਵਿਚਾਰ ਕਰ ਰਹੀ ਆ ਅਜੇ ਹੀ ਸਥਿਤੀ ਵਿੱਚ ਇਹ ਪ੍ਰਸ਼ਨ ਪੈਦਾ ਹੁੰਦਾ ਜਦੋਂ ਕਰੋਨਾ ਇੱਕ ਤੇਜ਼ ਰਫ਼ਤਾਰ ਵਿੱਚ ਸੀ ਤਾਂ ਮਾਪੇ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਦੇ ਲਈ ਤਿਆਰ ਹਨ ਜਾਂ ਨਹੀਂ ਰਾਸ਼ਟਰੀ ਰਾਜਧਾਨੀ ਦਿੱਲੀ ਅਤੇ ਆਸ-ਪਾਸ ਦੇ ਸ਼ਹਿਰਾਂ ਵਿੱਚ ਰਹਿਣ ਵਾਲੇ ਬਹੁਤ ਮਾਪੇ ਸਕੂਲ ਖੋਲਣ ਦੇ ਹੱਕ ਵਿੱਚ ਨਹੀਂ ਉਹਨਾਂ ਦਾ ਮੰਨਣਾ ਹੈ ਕਿ ਅਕਾਦਮਿਕ ਸੈਸ਼ਨ ਵਿੱਚ ਸਕੂਲ ਖੋਲਣ ਨਾਲ ਕਰੋਨਾ ਕੇਸਾਂ ਵਿੱਚ ਹੋਰ ਵਾਧਾ ਹੋਵੇਗਾ ਤੇ ਬੱਚਿਆਂ ਦੀ ਜਾਨ ਨੂੰ ਖਤਰਾ ਹੋਵੇਗਾ ਅਜਿਹੀ ਸਥਿਤੀ ਵਿੱਚ ਆਨਲਾਈਨ ਮਾਧਿਅਮ ਦੀ ਵਰਤੋਂ ਪੜ੍ਹਾਈ ਲਈ ਕੀਤੀ ਜਾਣੀ ਚਾਹੀਦੀ ਹੈ ਮਾਪਿਓ ਆਨਲਾਈਨ ਕਲਾਸਾਂ ਤੋਂ ਖੁਸ਼ ਦਿਖਾਈ ਦਿੰਦੇ ਹਨ ਤੇ ਮਾਪਿਆਂ ਦਾ ਮੰਨਣਾ ਹੈ ਕਿ ਬੱਚਿਆਂ ਨੂੰ ਆਨਲਾਈਨ ਜਮਾਤਾਂ ਵਿੱਚ ਪੜ੍ਹਾਈ ਦੇ ਨਾਲ-ਨਾਲ ਕਰੋਨਾ ਤੋਂ ਬਚਾ ਦਿੱਤਾ ਜਾ ਰਿਹਾ ਤੇ 7 ਸਾਲਾਂ ਦੀ ਅਰਾਧਿਆ ਚਤੁਰਵੇਦੀ ਜੋ ਕਿ ਦਿੱਲੀ ਦੇ ਇੱਕ ਸਕੂਲ ਦੀ ਤੀਜੀ ਦੀ ਜਮਾਤ ਦੀ ਵਿੱਚ ਪੜ੍ਹ ਰਹੀ ਆ ਦੇ ਮਾਪਿਆਂ ਦਾ ਕਹਿਣਾ ਹੈ ਕਿ ਪੜ੍ਹਾਈ ਆਨਲਾਈਨ ਕਲਾਸਾਂ ਦੁਆਰਾ ਕੀਤੀ ਜਾ ਰਹੀ ਹੈ ਅਧਿਆਪਕ ਵੀ ਚੰਗੀ ਤਰ੍ਹਾਂ ਪ੍ਰੀਖਿਆਵਾਂ ਕਰਵਾ ਰਹੇ ਹਨ ਅੱਜ ਇਹੀ ਸਥਿਤੀ ਦੇ ਵਿੱਚ ਜੇ ਇਸ ਸਮੇਂ ਸਕੂਲ ਖੋਲਣ ਦੀ ਆਗਿਆ ਦਿੱਤੀ ਜਾਂਦੀ ਹੈ ਤਾਂ ਬੱਚਿਆਂ ਨੂੰ ਕਰੋਨਾ ਤੋਂ ਸੁਰੱਖਿਅਤ ਰੱਖਣਾ ਬਹੁਤ ਮੁਸ਼ਕਲ ਹੈ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੂਰਵ ਦੇ ਸੰਬੰਧ ਚੂ ਰਾਮ ਸਰ ਸਾਹਿਬ ਤੋਂ ਸ੍ਰੀ ਹਰਮੰਦਰ ਸਾਹਿਬ ਤੱਕ ਸਜਾਇਆ ਗਿਆ ਨਗਰ ਕੀਰਤਨ ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਜ 400 ਸਾਲਾ ਪਹਿਲਾ ਹੋਏ ਪ੍ਰਕਾਸ਼ ਦੇ ਸਬੰਧ ਚ ਉਪਰਾਤਨ ਚੱਲੀ ਆਉਂਦੀ ਮਰਿਆਦਾ ਦੇ ਅਨੁਸਾਰ ਗੁਰਦੁਆਰਾ ਸ਼੍ਰੀ ਰਾਮਸਰ ਸਾਹਿਬ ਤੋਂ ਸ਼੍ਰੀ ਹਰਮੰਦਰ ਸਾਹਿਬ ਤੱਕ ਨਗਰ ਕੀਰਤਨ ਸ਼ਰਧਾ ਤੇ ਉਤਸ਼ਾਹ ਸਹਿਤ ਸਜਾਇਆ ਗਿਆ ਤੇ ਇਸ ਨਗਰ ਕੀਰਤਨ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਾਤਰ ਛਾਇਆ ਹੇਡ ਪੰਜ ਪਿਆਰਾਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਸ਼ਾਮਲ ਹੋਈਆਂ ਨਗਰ ਕੀਰਤਨ ਦੀ ਰਵਾਨਗੀ ਤੋਂ ਪਹਿਲਾਂ ਸ਼੍ਰੀ ਹਰਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਨੇ ਪਹਿਲੇ ਪ੍ਰਕਾਸ਼ ਪੂਰਬ ਦੇ ਇਤਿਹਾਸ ਸਬੰਧੀ ਸੰਗਤਾਂ ਨੂੰ ਜਾਣੂ ਕਰਵਾਇਆ। ਪੰਜਾਬ ਕੋਲ ਹੋਰਨਾਂ ਸੂਬਿਆਂ ਨੂੰ ਦੇਣ ਲਈ ਬਾਧੂ ਪਾਣੀ ਨਹੀਂ ਧਰਮਸੋਤ ਇਸ ਵੇਲੇ ਦੀ ਵੱਡੀ ਖਬਰ ਹੈ ਜੀ ਪੰਜਾਬ ਦੇ ਜੰਗਲਾਤ ਅਤੇ ਸਮਾਜਿਕ ਨਿਆਂ ਅਧਿਕਾਰਤਾ ਕਟਗਿਨਤੀ ਮਾਮਲਿਆਂ ਬਾਰੇ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਨਾਭਾ ਚੋਂ ਪੁਰਾਣੇ ਹਾਥੀਖਾਨਾ ਵਿਖੇ ਜੰਗਲਾਤ ਵਿਭਾਗ ਦੀ ਬੇਅਦਬ ਪਈ 2 ਏਕੜ ਜ਼ਮੀਨ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਨਪਾਰਕ ਦੀ ਬਾਗੀਚੀ ਬਣਾਉਣ ਦੇ ਕੰਮ ਦੀ ਸ਼ੁਰੂਆਤ ਕੀਤੀ ਕੈਬਨਿਟ ਮੰਤਰੀ ਨੇ ਕਿਹਾ ਜੀ ਇਸ ਦੇ ਉੱਪਰ 26 ਲੱਖ ਰੁਪਏ ਖਰਚੇ ਆਉਣਗੇ ਤੇ ਹਰ ਕਿਸਮ ਦੇ ਬੂਟੇ ਉਹ ਇੱਥੇ ਲਾਉਣਗੇ ਜਿਸ ਦੇ ਨਾਲ ਵਾਤਾਵਰਨ ਪਾਰਕ ਨਾਬਾ ਲਈ ਫੇਫੜਿਆਂ ਦਾ ਕੰਮ ਕਰੇਗਾ ਨਾਬਾ ਦੇ 3 ਵਾਰਡਾਂ ਦੀ ਵਸੂ ਨਾ ਲੱਗਦਾ ਇਹ ਪਾਰਕ ਜੰਗਲਾਤ ਵਿਭਾਗ ਵੱਲੋਂ ਵਿਕਸਿਤ ਕੀਤਾ ਜਾਵੇਗਾ ਸ਼ੁਸ਼ਾਂਤ ਖੁਦਕੁਸ਼ੀ ਮਾਮਲੇ 'ਚੋਂ ਸੀਬੀਆਈ ਕਰੇਗੀ ਜਾਂਚ ਸੁਪਰੀਮ ਕੋਰਟ ਦਾ ਵੱਡਾ ਫੈਸਲਾ ਹੈ ਜੀ ਅਦਾਕਾਰ ਸ਼ੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚੋਂ ਸੁਪਰੀਮ ਕੋਰਟ ਨੇ ਇਹਮ ਫੈਸਲਾ ਦਿੰਦੇ ਹੋਏ ਇਸ ਦੀ ਜਾਂਚ ਸੀਬੀਆਈ ਨੂੰ ਸੌਂਪਣ ਦਾ ਫੈਸਲਾ ਦੇ ਦਿੱਤਾ ਹੈ ਸ਼ੁਸ਼ਾਂਤ ਦੇ ਪਿਤਾ ਤੇ ਬਿਹਾਰ ਸਰਕਾਰ ਵੱਲੋਂ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ ਗਈ ਸੀ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਗ੍ਰਿਫਤਾਰ ਪੁੱਛਗੜਾ ਗਿੱਚ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਮਿੰਨੀ ਸਕੱਤਰੇਤ ਅਤੇ ਪੁਲਿਸ ਮੁਲਾਜ਼ਮ ਦੇ ਪੁੱਤਰ ਨੇ ਲਹਿਰਾਇਆ ਸੀ ਖਾਲਸਤਾਨੀ ਝੰਡਾ ਤਿੰਨੇ ਗ੍ਰਿਫਤਾਰ ਮੋਗਾ ਦੇ ਵਿਖੇ ਮਿੰਨੀ ਸਕੱਤਰੇਤ ਤੇ ਪੰਜਵੀਂ ਮੰਜ਼ਲ ਤੇ ਖਾਲਸਤਾਨ ਦਾ ਝੰਡਾ ਲਾਉਣ ਤੇ ਕੌਮੀ ਝੰਡੇ ਦਾ ਅਪਮਾਨ ਕਰਨ ਦੇ ਮਾਮਲੇ ਵਿੱਚ ਆਖਰਕਾਰ ਪੁਲਿਸ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜੀ ਇਹਨਾਂ ਦੇ ਵਿੱਚ ਇੱਕ ਮੁਕਤਸਰਤ ਵਿੱਚ ਤਨਾਇਤ ਸਬ ਇੰਸਪੈਕਟਰ ਦਾ ਬੇਤਾ ਜਦੋਂ ਕਿ ਦੋ ਉਸਦੇ ਸਾਥੀ ਹਨ ਤੇ ਪੁਲਿਸ ਮਾਮਲੇ ਵਿੱਚ ਇਸ ਚਾਰ ਲੋਕਾਂ ਨੂੰ ਨਾਮਜ਼ਦ ਕੀਤਾ ਤੇ ਚੌਥੇ ਦੀ ਪਾਲ ਜਾਰੀ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਆਮ ਅਤੇ ਖਾਸ ਖਬਰਾਂ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ